23 मार्च ਨੂੰ ਫਤਿਹਗੜ੍ਹ ਸਾਹਿਬ ਪੁਲਿਸ ਸਟੇਸ਼ਨ ਵਿੱਚ ਇੱਕ NDPS ਦਾ ਪਰਚਾ ਸੀ ਦਰਜ ਕੀਤਾ ਸੀ ਜਿਹਦੇ 'ਚ ਅਸੀਂ ਦੋ ਮੁੰਡੇ ਉਹਨਾਂ ਦੀ ਇੱਕ ਗੱਡੀ ਫੋਰਟ ਫੀਗੋ 'ਚ ਉਹਨਾਂ ਦੇ ਕੋਲ ਪੋਜੈਸ਼ਨ ਮਿਲੀ ਸੀ ਸਾਨੂੰ 98 ਗ੍ਰਾਮ ਹੈਰੋਇਨ ਦੀ ਅਤੇ ਉਹਦੇ ਬਿਹਾਫ 'ਤੇ ਅਸੀਂ ਮੁਕੱਦਮਾ ਨੰਬਰ 36 ਅੰਡਰ 25/61/85 NDPS ਐਕਟ ਦਰਜ ਕੀਤਾ ਸੀ ਡਿਊਰਿੰਗ ਪੁੱਛਗਿੱਛ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਤਾਂ ਇਹ ਜਿਹੜਾ ਮਾਲ ਲਿਆ ਸੀ 1,50,000 ਰੁਪਏ ਤੋਂ ਜੌਨ ਨਾਮ ਦੇ ਇੱਕ ਫੋਰਨ ਨੈਸ਼ਨਲ ਤੋਂ ਲਿੱਤਾ ਸੀ ਜਿਹੜਾ ਦੁਆਰਕਾ ਮੈਟਰੋ ਸਟੇਸ਼ਨ ਡੈਲੀ 'ਚ ਇਹ ਹੀਰੋਇਨ ਸਪਲਾਈ ਦਾ ਕੰਮ ਕਰਦਾ ਸੋ ਬੇਸਡ ਔਨ ਦੈਟ ਇਨਫੋਰਮੇਸ਼ਨ ਸਾਡੇ SHO ਫਤਿਹਗੜ੍ਹ ਸਾਹਿਬ ਵਿਨੋਦ ਕੁਮਾਰ ਉਹਨਾਂ ਦੇ ਨਾਲ CIA ਦੀ ਟੀਮ ਸਾਡੀ ਕਾਫੀ ਵੱਡੀ ਅਸੀਂ ਪੁਲਿਸ ਪਾਰਟੀ ਤਿਆਰ ਕੀਤੀ ਅਤੇ 24 ਔਰ 25 ਮਾਰਚ ਨੂੰ ਇਹ ਦਿੱਲੀ ਸਾਡੀ ਪਾਰਟੀ ਗਈ ਸੀ ਰੇਡ ਕਰਨ ਲਈ ਉੱਥੇ ਅਸੀਂ ਇਹ ਜਿਹੜਾ ਫੋਰਨ ਨੈਸ਼ਨਲ ਹੈ ਜੌਨ ਉਰਫ ਸ਼ਿਮੇਕਾ ਇਹ ਹੈਗਾ ਜੀ ਈਮੋ ਟਾਊਨ ਅਫਰੀਕਾ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਗਿਆ ਅੰਡਰ ਸੈਕਸ਼ਨ 29 NDPS ਐਕਟ ਉਹਦੇ ਬਾਅਦ ਉਹਨੇ ਪੁੱਛਗਿੱਛ ਦੱਸਿਆ ਕਿ ਮੈਂ ਤਾਂ ਜੀ ਸਿਰਫ ਇਹ ਐਜ਼ ਅ ਕਮਿਸ਼ਨ ਏਜੰਟ ਕੰਮ ਕਰਦਾ ਮੇਨ ਸਪਲਾਇਰ ਤਾਂ ਓਕਲੇ ਨਾਂ ਦਾ ਫੋਰਨ ਨੈਸ਼ਨਲ ਹੈ ਅਤੇ ਇਹ ਜਿਹੜੇ ਮੁੰਡੇ ਅਸੀਂ ਪਹਿਲਾਂ ਜਿਨ੍ਹਾਂ ਨੂੰ ਅਰੈਸਟ ਕੀਤਾ ਸੀ ਇਹ ਇਹਨਾਂ ਨੇ ਮੇਰੇ ਤੋਂ ਮੰਗਾਈ ਸੀ 300 ਗ੍ਰਾਮ ਹੀਰੋਇਨ ਅਤੇ ਬਟ ਇਹ ਪਹਿਲਾਂ ਵੀ ਇਹਨੇ ਜੋ ਸਾਨੂੰ ਪੁੱਛਗਿੱਛ ਦੱਸਿਆ ਕਿ ਮੈਂ ਪਹਿਲਾਂ ਇਹਨਾਂ ਨੂੰ ਸਪਲਾਈ ਦੇਣ ਆਇਆ ਸੀਗਾ ਫਤਿਹਗੜ੍ਹ ਸਾਹਿਬ ਬਟ ਉਸ ਟਾਈਮ ਇਹ ਲੋਕ ਮੌਕੇ 'ਤੇ ਸਪਲਾਈ ਰਿਸੀਵ ਕਰਨ ਲਈ ਨਹੀਂ ਆਏ ਅਤੇ ਬਿਕੋਜ਼ ਆਫ ਦਾ ਪੁਲਿਸ ਪ੍ਰੈਜੈਂਸ ਉਹਨੇ ਉਸ ਟਾਈਮ ਆਪਣੇ ਨਾਲ ਵਾਪਸ ਨਹੀਂ ਲੈ ਕੇ ਗਿਆ ਦਿੱਲੀ ਅਤੇ ਉਹਦੇ ਬਾਅਦ ਜਿਹੜੇ DSP ਫਤਿਹਗੜ੍ਹ ਸਾਹਿਬ ਹੈ ਰਮਿੰਦਰ ਕਾਲੋਂ ਉਹਨਾਂ ਨੂੰ SHO ਨੇ ਮੌਕੇ 'ਤੇ ਬੁਲਾ ਕੇ ਇਹਦੇ ਤੋਂ ਇਹਦੀ ਆਪਣੇ ਇਨਸ਼ਾਫ 'ਤੇ ਅਸੀਂ ਰਿਕਵਰੀ ਕੀਤੀ ਹੈ ਫਤਿਹਗੜ੍ਹ ਸਾਹਿਬ ਏਰੀਆ 'ਚ ਨੈਣਾ ਦੇਵੀ ਮੰਦਿਰ ਸਰਹੰਦ ਦੇ ਕੋਲ ਜਿਹੜਾ ਅਬੈਂਡਨਡ ਏਰੀਆ ਬਿਲਡਿੰਗ ਸੀਗੀ ਉੱਥੋਂ ਇਹਦੇ ਤੋਂ ਇਹ 300 ਗ੍ਰਾਮ ਰਿਕਵਰ ਹੋਈ ਹੈ ਇਸ ਹਿਸਾਬ ਨਾਲ ਅਸੀਂ ਪਰਚਾ ਦਰਜ ਕੀਤਾ 38 ਨੰਬਰ FIR ਫਤਿਹਗੜ੍ਹ ਪੁਲਿਸ ਸਟੇਸ਼ਨ ਅੰਡਰ NDPS ਐਕਟ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਦੇ ਨਾਲ ਹੀ ਜਿਹੜਾ ਅਲੈਜਡ ਮੇਨ ਸਪਲਾਇਰ ਆ ਅਸੀਂ ਉਹਦੇ ਵੱਲ ਜਾਈਏ ਜਿਹੜਾ ਓਕਲੇ ਨੇ ਦੱਸਿਆ ਕਿ ਹੀ ਇਜ਼ ਦਾ ਮੇਨ ਪਰਸਨ ਸੋ ਦੈਟ ਵੱਧ ਤੋਂ ਵੱਧ ਅਸੀਂ ਫੋਰਵਰਡ ਬੈਕਵਰਡ ਲਿੰਕੇਜ ਕੰਪਲੀਟ ਕਰ ਪਾਈਏ ਅਤੇ ਇਸ ਹਿਸਾਬ ਨਾਲ ਸਾਡੀ ਟੋਟਲ ਰਿਕਵਰੀ ਹੋ ਜਾਂਦੀ ਹੈ ਆਲਮੋਸਟ 400 ਗ੍ਰਾਮਸ ਆਫ ਹੈਰੋਇਨ ਵਿਚ ਇਜ਼ ਅ ਬਿਗ ਰਿਕਵਰੀ ਅਤੇ ਇਸੇ ਤਰ੍ਹਾਂ ਹੀ ਅਸੀਂ ਆਪਣੀ ਮੁਹਿੰਮ ਜਾਰੀ ਕਰਾਂਗੇ ਸੋ ਦੈਟ ਡਰੱਗਸ ਦਾ ਮੈਨਸ ਘੱਟ ਤੋਂ ਘੱਟ ਹੋਏ